ਉਸ ਜੰਗ ਦਾ ਸਾਰਿਆਂ ਤੋਂ ਘਮਸਾਨ ਦੀ ਜੰਗ ਉਦੋਂ ਹੋਈ ਜਦੋਂ ਸੰਤ ਜਰਨੈਲ ਸਿੰਘ ਸ਼ਹੀਦੀ ਪਾਉਂਦੇ ਨੇ। ਤੁਸੀਂ ਤੋਪਾਂ ਵੜਦੀਆਂ ਵੀ ਅੰਦਰ ਵੇਖੀਆਂ ਹੋਣਗੀਆਂ। ਦੇਖੋ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਕਮਾਂਡੋ ਤਾਰੇ ਹੈ ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਚੰਦ ਸਿੰਘਾਂ ਨੇ ਗੁਰੂ ਸਾਹਿਬਾਂ ਦੀ ਉੱਥੇ ਉਹ ਜਿਹੜੀ ਇੱਕ ਉਹਨਾਂ ਦੇ ਬਚਨ ਨੇ ਉਹ ਯਾਦ ਆ ਜਾਂਦੇ ਨੇ, 1,25,000 ਸੇਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇੱਕ ਪਾਸੇ ਇੱਕ ਦੇਸ਼ ਦੀ ਆਰਮੀ ਹੋਵੇ ਤੇ ਇੱਕ ਪਾਸੇ ਚੰਦ ਸਿੰਘ ਹੋਣ, ਤਾਂ ਜਿਹੜੇ ਇਹਨਾਂ ਨੇ ਜੋ ਕੁਛ ਉੱਥੇ ਕੀਤਾ, ਜਿਹੜੀ ਹਰਿਮੰਦਰ ਸਾਹਿਬ ਦੀ ਛੋਟੀ ਪਰਿਕਰਮਾ ਜਦੋਂ ਅਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਬਾਹਰ ਨਿਕਲਦੇ ਹਾਂ ਹਰ ਕੀ ਪੌੜੀ ਦੇ ਨਾਲ, ਇਹਨਾਂ ਨੇ 70 mm ਦੇ ਬੰਬ ਜਿਹੜੇ ਸੀ ਸੁੱਟੇ ਨੇ, ਤੇ ਪਰ ਉਹ ਇਸ ਤਰ੍ਹਾਂ ਪਏ ਸਨ ਜਿਸ ਤਰ੍ਹਾਂ ਕਿਸੇ ਨੇ ਫੜ ਕੇ ਰੱਖੇ ਹੋਣ। ਗ੍ਰੇ ਰੰਗ ਦੇ ਬੰਬ ਸੀ ਜਿਨ੍ਹਾਂ ਦੇ ਉੱਪਰ 70 mm ਲਿਖਿਆ ਸੀ। ਉਸ ਬੰਬ ਦੇ ਆਲੇ ਦੁਆਲੇ ਲਾਲ ਰੰਗ ਦੀ ਫੀਤੀ ਸੀ ਜਿਨ੍ਹਾਂ ਨੂੰ ਅਸੀਂ ਖੁਦ ਦੇਖਿਆ, ਇਸ ਤਰ੍ਹਾਂ ਪਏ ਹੋਏ ਸਨ ਕਿ ਜਿਸ ਤਰ੍ਹਾਂ ਕਿਸੇ ਨੇ ਫੜ ਕੇ ਰੱਖੇ ਹੋਣ। ਤੇ ਬਾਕੀ ਇਹਨਾਂ ਨੇ ਅੰਦਰ ਟੈਂਕ ਵੀ ਵਾੜੇ, ਟੈਂਕ ਇੱਕ ਤਾਂ ਇੱਧਰ ਫਸ ਗਿਆ ਸੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਵਾਲੇ ਬੰਨੇ ਜੋ ਪਰਿਕਰਮਾ ਦੇ ਵਿੱਚ ਹੈ। ਉਸ ਤੋਂ ਬਾਅਦ ਦਾਸ ਨੇ ਜੋ ਅੱਖੀਂ ਦੇਖਿਆ ਕਿ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਵਾਲੀ ਬੇਰ ਵਾਲੀ ਬਾਈ ਆ ਸਰੋਵਰ ਦੀ, ਉਹਦੇ ਤੇ ਸਾਰੀ ਬਾਈ ਜਿਹੜੀ ਸੀ ਨਾ ਉਹ ਟੈਂਕਾਂ ਦੇ ਨਾਲ ਭਰੀ ਪਈ ਸੀ, ਤੇ ਸਾਰਿਆਂ ਦਾ ਨਿਸ਼ਾਨਾ ਜਿਹੜਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਸੀ। ਤਾਂ ਉਹ ਤੁਸੀਂ ਆਪ ਇੱਕ ਹਿਸਾਬ ਲਾਓ ਵੀ ਇਹ ਕਿਹਦੇ ਤੇ ਇੰਨੇ ਟੈਂਕ ਚੜ੍ਹ ਕੇ ਲਿਆਂਦੇ। ਇਹਨਾਂ ਡਰ ਸੀ ਖਾਲਸੇ ਦਾ, ਡਰ ਸੀ ਇਹਨਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਦਾ, ਡਰ ਸੀ ਇਹਨਾਂ ਨੂੰ। ਫੜੇ ਗਏ, ਘਮਸਾਨ ਦੀ ਜੰਗ ਹੋਈ, ਸਭ ਕੁਛ ਹੋਇਆ, ਨੁਕਸਾਨ ਵੀ ਠੀਕ ਆ ਸਾਡਾ, ਇਹਨਾਂ ਨੇ ਨੁਕਸਾਨ ਬਹੁਤ ਕੀਤਾ, ਪਰ ਇਹ ਆ ਵੀ ਇਹਨਾਂ ਨੂੰ ਮੂੰਹ ਦੀਆਂ ਖਾਣੀਆਂ ਵੀ ਪਈਆਂ ਉੱਥੇ। ਦੂਸਰੇ ਜਦੋਂ ਅਸੀਂ ਫੜੇ ਗਏ ਹਾਂ 6 ਤਰੀਕ ਨੂੰ ਸਵੇਰੇ 11 ਵਜੇ ਫੜੇ ਗਏ ਹਾਂ, ਤਾਂ ਫਿਰ ਇਹਨਾਂ ਨੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜੇ ਸਾਡੇ ਮੁਲਾਜ਼ਮ ਫੜੇ ਗਏ ਅਸੀਂ ਉਹਨਾਂ ਦੇ ਉੱਪਰ ਇਹਨਾਂ ਨੇ ਤਸ਼ੱਦਦ ਵੀ ਬਹੁਤ ਕੀਤਾ ਇਹਨਾਂ ਨੇ। ਇੱਥੋਂ ਤੱਕ ਕਿ ਦਾਸ ਦੀ ਇੱਕ ਜਿਹੜੀ ਖੱਬੇ ਹੱਥ ਦੀ ਬਾਂਹ ਉਹ ਵੀ ਤੋੜੀ ਸੀ ਇਹਨਾਂ ਨੇ, ਤੇ ਖੱਬੇ ਹੱਥ ਦੇ ਜਿਹੜਾ ਇੱਕ ਵਿਚਲੀ ਉਂਗਲ ਹੈ ਉਹਦਾ ਨੋਂ ਵੀ ਲਾਇਆ ਸੀ ਇਹਨਾਂ ਨੇ ਕੁੱਟ ਕੁੱਟ ਕੇ, ਤੇ ਕੁੱਟ ਦੇ ਕਾਹਦੇ ਨਾਲ ਸੀ, ਇੱਕ ਬੱਟ, ਇੱਕ ਸਰੀਆ, ਇੱਕ ਕੁਰਸੀ ਦੇ ਢੋ ਜਿਹਦੀ ਲੱਤ ਹੁੰਦੀ ਆ ਉਹਦੇ ਵਿੱਚ ਕਿੱਲ ਸਨ ਇਸ ਤਰ੍ਹਾਂ। ਇਹ ਨਾ ਇਹਨਾਂ ਨੇ ਬੀਬੀਆਂ ਨੂੰ ਬਖਸ਼ਿਆ, ਨਾ ਬੱਚਿਆਂ ਨੂੰ ਬਖਸ਼ਿਆ, ਨਾ ਬਜ਼ੁਰਗਾਂ ਨੂੰ, ਨਾ ਜਵਾਨਾਂ ਨੂੰ। ਇਹ 11 ਵਜੇ ਤੋਂ ਲੈ ਕੇ 5 ਵਜੇ ਤੱਕ ਕੁੱਟਦੇ ਰਹੇ 6 ਤਰੀਕ ਨੂੰ। ਤੇ ਤੁਸੀਂ ਉਸ ਵੇਲੇ ਤੁਹਾਨੂੰ ਪਰਿਕਰਮਾ ਵਿੱਚ ਲੈ ਆਂਦਾ ਸੀ? ਪਰਿਕਰਮਾ ਚ ਲੈ ਆਂਦਾ ਸੀ ਇਹ, ਅਸੀਂ ਆਟਾ ਮੰਡੀ ਵਾਲੇ ਸਾਈਡ ਤੇ ਜਿਹੜਾ ਜੋ ਘੰਟਾ ਘਰ ਹੈ ਉੱਥੇ ਆ। ਮੈਂ ਤਕਰੀਬਨ ਦਸਤਾਰ ਦੇ ਥੱਲੇ ਛੋਟੀ ਕੇਸਕੀ ਸ਼ੁਰੂ ਤੋਂ ਬਚਪਨ ਤੋਂ ਸਜਾਉਂਦਾ ਆ, ਤੇ ਉਹ ਕੇਸਕੀ ਦੇ ਨਾਲ ਮੇਰੇ ਹੱਥ ਬੰਨੇ ਸੀ ਇਹਨਾਂ ਨੇ ਮਗਰ। ਤੇ ਅਸੀਂ 7-8 ਮੁਲਾਜ਼ਮ ਫੜੇ ਗਏ, ਤੇ 7-8 ਮੁਲਾਜ਼ਮਾਂ ਨੂੰ ਇਹਨਾਂ ਨੇ ਉਸ ਘੰਟਾ ਘਰ ਦੀਆਂ ਬੁਰਦੀਆਂ ਦੇ ਨਾਲ ਸਿਰ ਲਵਾ ਕੇ, ਤੇ ਜਰਨੈਲ ਨੇ ਇੱਕ ਆਪਣੇ ਜਿਹੜਾ ਸਿਪਾਹੀ ਸੀ ਉਹਨੂੰ ਕਿਹਾ ਵੀ ਇਹਨਾਂ ਨੂੰ ਸ਼ੂਟ ਕਰ ਦਿਓ, ਮਾਰ ਦਿਓ ਇਹਨਾਂ ਨੂੰ। ਉਹ ਆਪਣੀ ਗੰਨ ਲੋਡ ਕਰਨ ਲੱਗਾ ਤੇ ਮੇਰੇ ਨਾਲ ਧਿਆਨ ਸਿੰਘ ਸੇਵਾਦਾਰ ਸਨ ਬਜ਼ੁਰਗ, ਤੇ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਨਜਾਇਜ਼ ਮਾਰੇ ਚੱਲੇ ਆ। ਮੈਂ ਕੋਈ ਗੱਲ ਨਹੀਂ, ਤੁਸੀਂ ਚਪਾਈ ਸਾਹਿਬ ਦਾ ਪਾਠ ਕਰੋ, ਕੁਛ ਨਹੀਂ ਹੁੰਦਾ। ਕਹਿੰਦੇ ਉਹ ਮਾਰਨ ਲੱਗੇ, ਮੈਂ ਕੁਛ ਨਹੀਂ ਹੁੰਦਾ, ਤੁਸੀਂ ਚਪਾਈ ਸਾਹਿਬ ਦਾ ਪਾਠ ਕਰੋ। ਇੰਨੇ 'ਚ ਮੇਰਾ ਧਿਆਨ ਅਕਾਲ ਤਖ਼ਤ ਸਾਹਿਬ ਵੱਲ ਗਿਆ, ਤੇ ਉੱਥੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਪਈਆਂ ਸਨ, ਤੇ ਮੈਂ ਵੀ ਪਹਿਲਾਂ ਥੋੜ੍ਹਾ ਕੰਬਿਆ ਵੀ ਇਹ ਕੀ ਬਣ ਗਿਆ। ਫਿਰ ਉਸ ਤੋਂ ਬਾਅਦ ਜਦੋਂ ਇੰਨੀ ਗੱਲ ਹੋਈ, ਜਦੋਂ ਧਿਆਨ ਸਿੰਘ ਸੇਵਾਦਾਰ ਨਾਲ ਅਸੀਂ ਤਕਰੀਬਨ 7-8 ਮੁਲਾਜ਼ਮ ਜਿਹੜੇ ਫੜੇ ਗਏ ਸਾਂ ਉਦੋਂ ਇਕੱਠੇ,
ਤਾਂ ਮੇਰੇ ਇੰਨੀ ਗੱਲ ਦੇ ਕਰਨ ਦੇ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋ ਮੇਰੀ ਆਪਣੀ ਅਵਸਥਾ ਸੀ ਵੀ ਇੱਕ ਸਿੱਖ ਦੇ ਵਿੱਚ ਤੇ ਉਹਨਾਂ ਨੇ ਆਣ ਕੇ ਉਹਨੂੰ ਜਿਹੜਾ ਆਰਮੀ ਦਾ ਅਫਸਰ ਸਾਨੂੰ ਕਿਹਾ ਵੀ ਇਹਨਾਂ ਨੂੰ ਮਾਰਨਾ ਨੀ, ਇਹਨਾਂ ਨੂੰ ਲੈ ਜਾਓ। ਅੱਛਾ ਜੀ। ਤੋ ਫਿਰ ਸਾਨੂੰ ਉੱਥੋਂ ਫੜ ਕੇ ਤੇ ਲਾਗੇ ਸੀ ਲੜਕੀਆਂ ਦਾ ਸਕੂਲ ਸੀ ਗੁਰੂ ਰਾਮਦਾਸ ਗਰਲਜ਼ ਸਕੂਲ, ਉਹ ਚ ਲੈ ਗਏ। ਉੱਥੇ ਜਾ ਕੇ ਇਹਨਾਂ ਨੇ ਫਿਰ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ 11 ਵਜੇ ਤੋਂ ਲੈ ਕੇ 5 ਵਜੇ ਤੱਕ ਇਹਨਾਂ ਨੇ ਸਾਡੇ ਤੇ ਤਸ਼ੱਦਦ ਕੀਤਾ। ਤੇ ਉਦੋਂ ਵੀ ਦੇਖਿਆ ਕਿ ਇਹਨਾਂ ਨੂੰ ਆਪਣਾ ਜਿਹੜੇ ਸਾਡੇ ਜਥੇਦਾਰ ਰਹੇ ਨੇ ਜਥੇਦਾਰ ਜੋਗਿੰਦਰ ਸਿੰਘ ਜੀ ਵਦੰਤੀ, ਇਹਨਾਂ ਨੂੰ ਪਤਾ ਨੀ ਕਿਹੜੀ ਸਾਈਡ ਤੋਂ ਫੜ ਕੇ ਲਿਆਂਦਾ। ਉਦੋਂ ਇਹ ਅਰਦਾਸੀ ਹੁੰਦੇ ਸਨ ਜਾਂ ਚੌਰ ਬਰਦਾਰ ਸਨ ਉਸ ਵੇਲੇ। ਅੱਛਾ ਜੀ। ਤੇ ਉਹ ਸਾਡੇ ਸਾਹਮਣੇ ਫਿਰ ਇਹਨਾਂ ਨੂੰ ਵੀ ਇਹਨਾਂ ਤੇ ਵੀ ਕੁੱਟਮਾਰ ਹੋਈ, ਹੋਰ ਬੀਬੀਆਂ ਵੀ ਸਨ ਉਹਨਾਂ ਨੂੰ ਵੀ ਕੁੱਟਦੇ ਰਹੇ। ਤੇ ਮਤਲਬ ਕਿ ਇਹਨਾਂ ਨੇ ਉਹ ਤਸ਼ੱਦਦ ਕੀਤਾ ਜਿਹੜਾ ਆਮ ਬੰਦੇ ਤੇ ਨਹੀਂ ਕੀਤਾ ਜਾਂਦਾ। ਅਸੀਂ ਕਿਤਾਬਾਂ ਚ ਪੜ੍ਹਦੇ ਹਾਂ, ਹਾਂਜੀ, ਗੱਲ ਜੋ ਸਾਡੇ ਜਿਹਨ ਵਿੱਚ ਹੁੰਦੀ ਏ ਉਹ ਪੂਰੀ ਦੱਸੀ ਨਹੀਂ ਜਾਂਦੀ, ਤੇ ਜਿੰਨੀ ਕੁ ਦੱਸੀ ਜਾਂਦੀ ਉਹ ਚੋਂ ਸਾਰੀ ਲਿਖੀ ਨਹੀਂ ਜਾਂਦੀ। ਤੁਸੀਂ ਅੱਖੀਂ ਵੇਖਿਆ, ਥੋੜਾ ਹੋਰ ਮੰਜ਼ਰ ਦੱਸੋਗੇ 6 ਜੂਨ ਵਾਲੇ ਦਿਨ ਦਾ ਜਦੋਂ ਤੁਹਾਨੂੰ ਫੜ ਕੇ ਬਾਹਰ ਲਿਆਂਦਾ ਗਿਆ? ਤੁਸੀਂ ਤਾਂ ਬਚ ਗਏ ਕਿਸੇ ਤਰੀਕੇ ਨਾਲ, ਕਿ ਉਹਨਾਂ ਨੇ ਕੰਧਾਂ ਨਾਲ ਲਾਉਣ ਤੋਂ ਬਾਅਦ ਵੀ ਬਚ ਗਏ, ਹੋਰ ਜਿਹੜੇ ਬੇਕਸੂਰ ਉੱਥੇ ਮਾਰੇ ਗਏ? ਦੇਖੋ ਜੀ, ਇਹਨਾਂ ਨੇ ਜੋ ਉੱਥੇ ਤਸ਼ੱਦਦ ਕੀਤਾ ਉਹ ਅਸੀਂ ਦੱਸੀਏ ਤੁਹਾਨੂੰ ਤੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਜਦੋਂ ਅਸੀਂ ਫੜੇ ਗਏ ਹਾਂ ਸਾਡੇ ਚੋਂ ਹੀ ਇਹਨਾਂ ਨੇ ਸਿੰਘਾਂ ਨੂੰ ਫੜ ਫੜ ਕੇ ਤੇ ਉਹਨਾਂ ਨੂੰ ਨੰਗੇ ਪਿੰਡੇ, ਕੋਈ ਜੇਠਹਾੜ ਦੇ ਦਿਨ ਸਨ, ਗਰਮੀ ਬਹੁਤ ਜ਼ਿਆਦਾ ਸੀ, ਤੇ ਨੰਗੇ ਪਿੰਡੇ ਇਹਨਾਂ ਨੇ ਸੜਕਾਂ ਤੇ ਲਟਾਇਆ ਉਹਨਾਂ ਨੂੰ। ਦੂਜਾ ਇਹਨੇ ਅੱਖੀਂ ਜੋ ਦੇਖਿਆ, ਇੱਕ ਬੀਬੀ ਸ਼ਹੀਦ ਹੋਈ ਪਈ ਸੀ, ਬੱਚਾ ਉਹਦਾ ਅਜੇ ਦੁੱਧ ਪੀਂਦਾ ਸੀ, ਤੇ ਉਹਨੂੰ ਨੀ ਪਤਾ ਕਿ ਮੇਰੀ ਮਾਤਾ ਸ਼ਹੀਦ ਹੋਈ ਪਈ ਹੈ। ਜੋ ਅਸੀਂ ਬਚਪਨ ਤੋਂ ਆਪਣੀ ਕਲਾਕ੍ਰਿਤੀਆਂ ਦੇਖਦੇ ਆ ਰਹੇ ਹਾਂ, ਅਜਾਇਬ ਘਰ ਦੇ ਵਿੱਚ ਫੋਟੋਆਂ ਬੀਬੀਆਂ ਨੇ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਤੇ ਹਾਰ ਗਲਾਂ ਚ ਪਵਾਏ, ਇੱਕ ਉਸ ਫੋਟੋ ਦੇ ਵਿੱਚ ਬੱਚੇ ਨੂੰ ਤਾਂ ਸੁੱਟ ਕੇ ਥੱਲੇ ਨੇਜਾ ਕੀਤਾ ਗਿਆ ਸੀ, ਤੇ ਉਸ ਨੇਜੇ ਚ ਉਸ ਬੱਚੇ ਨੂੰ ਪਰੋਤਾ ਸੀ ਉਹਨਾਂ ਜਾਲਮਾਂ ਨੇ। ਇਹਨਾਂ ਹਿੰਦੁਸਤਾਨ ਦੀ ਆਰਮੀ ਨੇ ਵੀ ਇਸੇ ਤਰ੍ਹਾਂ ਹੀ ਉਸ ਬੱਚੇ ਨੂੰ ਤਾਂ ਸੁੱਟ ਕੇ ਗੋਲੀ ਮਾਰ ਕੇ ਥੱਲੇ ਸੁੱਟਤਾ ਸੀ ਉਹਨੂੰ। ਤੁਸੀਂ ਆਪ ਇਹ ਅਸੀਂ ਸਾਡੇ ਸਾਹਮਣੇ ਦੀਆਂ ਗੱਲਾਂ ਨੇ, ਮਤਲਬ ਕਿ ਇੱਥੋਂ ਤੱਕ ਕਿ ਇੱਕ ਸਾਡੇ ਨਾਲ ਮੁਲਾਜ਼ਮ ਸੀ, ਉਹ 7 ਭੈਣਾਂ ਦਾ ਇਕੱਲਾ ਭਰਾ ਸੀ ਬਲਰਾਜ ਸਿੰਘ, ਉਸ ਨੂੰ ਵੀ ਸਾਡੇ ਸਾਹਮਣੇ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕਰਤਾ ਇਹਨਾਂ ਨੇ ਆਰਮੀ ਵਾਲਿਆਂ ਨੇ। ਕਿਉਂਕਿ ਕਈਆਂ ਦਾ ਚਿਹਰਾ ਜਿਹੜਾ ਉਹ ਇਹ ਸਮਝਦੇ ਵੀ ਇਹ ਅੱਤਵਾਦੀ ਨੇ, ਤੇ ਇਹੋ ਜਿਹੇ ਕਈ ਤੇ ਕੁਛ ਐਸਾ ਵੀ ਜਿਸ ਤਰ੍ਹਾਂ ਅਸੀਂ ਉਹ ਸਲਾਮ ਵਾਲੇ ਬੰਨੇ ਪਾਣੀ ਵਾਲੀ ਟੈਂਕੀ ਸੀ ਜਿਹੜੇ ਉੱਥੋਂ ਸਾਡੇ ਮੁਲਾਜ਼ਮ ਬੱਚੇ ਉਹਨਾਂ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਨੇ ਇਹਨਾਂ ਕੀਤਾ ਵੀ ਟੈਂਕੀ ਦਾ ਪਾਣੀ ਇਹਨਾਂ ਤੋੜਦੇ ਸੀ, ਟੈਂਕੀ ਦਾ ਪਾਣੀ ਸਾਰਾ ਸਰਾਂ ਚ ਆ ਗਿਆ ਸੀ, ਤੇ ਉੱਥੇ ਧਰਮ ਯੁੱਧ ਮੋਰਚਾ ਵੀ ਚੱਲ ਰਿਹਾ ਸੀ ਉਸ ਟਾਈਮ ਤੇ, ਤੇ ਉਹ ਵੀ ਸੀ ਜਿਹੜੇ ਗ੍ਰਿਫਤਾਰੀਆਂ ਦੇਣ ਆਏ ਸੀ, ਤੇ ਕੁਛ ਇਹ ਸਨ ਜਿਹੜੀ ਸੰਗਤ ਇਕੱਠੀ ਹੋਈ ਸੀ 3 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਪੁਰਬ ਤੇ ਵੀ, ਇਹਨਾਂ ਬਿਠਾ ਬਿਠਾ ਕੇ ਗਰਨੇਡ ਮਾਰ ਮਾਰ ਕੇ ਤੇ ਉਹਨਾਂ ਦੀਆਂ ਲਾਸ਼ਾਂ ਤਾਂ ਉਡਾਈਆਂ ਇਹਨਾਂ ਨੇ। ਉਹ ਲਾਸ਼ਾਂ ਜਿਹੜੀਆਂ ਉਸ ਪਾਣੀ ਚ ਤਰਦੀਆਂ ਪਈਆਂ ਸਨ ਟੈਂਕੀ ਦੇ ਪਾਣੀ ਚ, ਤੇ ਜਦੋਂ ਜਿਹੜੇ ਸਿੰਘ ਜਾਂ ਬੀਬੀਆਂ ਜਾਂ ਬੱਚੇ ਜਿਹੜੇ ਪਾਣੀ ਮੰਗਦੇ ਸੀ ਉਹਨਾਂ ਨੂੰ ਇਹਨਾਂ ਨੇ ਉਹ ਪਾਣੀ ਪੀਣ ਤੇ ਮਜਬੂਰ ਕੀਤਾ ਜਿਹਦੇ ਚ ਲਾਸ਼ਾਂ ਤੇ ਲਹੂ ਡੁੱਲਿਆ ਹੋਇਆ ਸੀ, ਤੇ ਉਹ ਪਾਣੀ ਸਿੰਘਾਂ ਨੇ ਜ਼ਬਰਦਸਤੀ ਇਹਨਾਂ ਨੇ ਪਿਲਾਇਆ ਕਿ ਇੱਥੋਂ ਤੱਕ ਤਸ਼ੱਦਦ ਕੀਤਾ ਗਿਆ। ਇਹ ਜਿਹੜੇ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੰਨੇ ਗੁਰਸਿੱਖਾਂ ਦੇ ਘਰ ਸਨ ਉਹਨਾਂ ਦੇ ਬੀਬੀਆਂ ਦੇ ਤਸ਼ੱਦਦ ਢਾਇਆ ਇਹਨਾਂ ਆਰਮੀ ਵਾਲਿਆਂ ਨੇ।
ਉਹ ਦੱਸ ਨਹੀਂ ਸਕਦੇ ਅਸੀਂ। ਦਰਬਾਰ ਸਾਹਿਬ ਦੀ ਪਰਿਕਰਮਾ ਸਾਰੀ ਲਹੂ ਲੁਹਾਣ ਸੀ। ਫੌਜ ਬੂਟਾਂ ਸਮੇਤ ਵਿੱਚ ਤੁਰੀ ਫਿਰਦੀ ਸੀ, ਸਿਗਰਟਾਂ ਵੀ ਪੀਂਦੀ ਸੀ, ਸਾਰਾ ਕੁਛ, ਸਾਰੀ ਮਰਿਆਦਾ ਭੰਗ ਹੋ ਗਈ ਸੀ, ਸਾਰੀ ਗੱਲਬਾਤ ਹੱਥੋਂ ਚਲੀ ਗਈ ਸੀ। ਤੁਹਾਡੇ 'ਤੇ ਤਸ਼ੱਦਦ ਹੋ ਰਿਹਾ ਸੀ। ਐਨ ਉਸ ਵਕਤ ਸੰਤ ਜਰਨੈਲ ਸਿੰਘ 'ਤੇ ਕੋਈ ਰੋਸ ਆਇਆ? ਨਹੀਂ, ਕੋਈ ਨਹੀਂ ਰੋਸ। ਇਹ ਤਦ ਕਰੀਏ ਨਾ ਵੀ ਜੇ ਸਾਡੇ 'ਤੇ ਉਹ ਸਿਰਫ ਉਸੇ ਦਿਨ ਹੀ ਤਸ਼ੱਦਦ ਤਾਂ ਸਾਡੇ 'ਤੇ ਸ਼ੁਰੂ ਹੋ ਗਿਆ 78 ਤੋਂ। ਸੰਤ ਮਹਾਂਪੁਰਸ਼ ਤੇ ਇੱਕ ਲੜਾਈ ਲੜ ਰਹੇ ਸਨ ਸਿੱਖਾਂ ਦੇ ਉੱਪਰ ਤਸ਼ੱਦਦ ਦੀ। ਫਿਰ ਉਹ ਇਕੱਲੇ ਸਿੱਖਾਂ ਦੀ ਨਹੀਂ ਸੀ ਲੜ ਰਹੇ, ਪੰਜਾਬ ਦੇ ਵਿੱਚ ਜਿੰਨੇ ਫਿਰਕੇ ਰਹਿੰਦੇ ਸਨ ਸਾਰਿਆਂ ਦੇ ਵਾਸਤੇ ਲੜਾਈ ਲੜ ਰਹੇ ਸਨ। ਭਾਵੇਂ ਕੋਈ ਫਿਰਕਾ ਨਾਲ ਉਹਨਾਂ ਦੇ ਹੋਇਆ ਚਾਹੇ ਨਹੀਂ ਹੋਇਆ, ਕਈਆਂ ਲੋਕਾਂ ਨੇ ਉਹਨਾਂ ਦੇ ਵਿਰੁੱਧ ਇੰਨਾ ਕੁਛ ਲਿਖਿਆ ਅਖਬਾਰਾਂ ਦੇ ਵਿੱਚ ਵੀ, ਸਿੱਖਾਂ ਦੇ ਵਿਰੁੱਧ ਵੀ ਗੱਲਾਂ ਡਾਈਆਂ ਗਈਆਂ, ਪਰ ਸੰਤਾਂ ਮਹਾਂਪੁਰਸ਼ਾਂ ਦੇ ਵਿਰੁੱਧ ਸਾਡੇ ਮਨ 'ਚ ਕਦੀ ਕੋਈ ਗੱਲ ਨਹੀਂ ਆਈ ਵੀ ਅਸੀਂ ਕਹੀਏ ਵੀ ਸੰਤਾਂ ਨੇ ਗਲਤ ਕੀਤਾ ਜਾਂ ਕਿਸ ਤਰ੍ਹਾਂ। ਨਹੀਂ, ਭਾਣਾ ਸੀ ਵਾਹਿਗੁਰੂ ਅਕਾਲ ਪੁਰਖ। ਉੱਥੋਂ ਬਾਅਦ ਜਦੋਂ ਤੁਹਾਨੂੰ ਉੱਥੋਂ ਲੈ ਗਏ ਸ਼ਾਮ ਨੂੰ, ਉਸ ਤੋਂ ਬਾਅਦ ਫਿਰ ਕਿੱਥੇ ਰੱਖਿਆ ਤੇ ਕੀ ਹਸ਼ਰ ਕੀਤਾ? ਉਸ ਤੋਂ ਬਾਅਦ ਸਾਨੂੰ 10 ਕੁ ਦਿਨ ਇਹਨਾਂ ਨੇ ਕੈਂਟ ਦੇ ਵਿੱਚ ਕੈਂਪਾਂ 'ਚ ਰੱਖਿਆ। ਫਿਰ ਉੱਥੋਂ ਸਾਨੂੰ 22 ਏਅਰ ਅੱਖਾਂ 'ਤੇ ਪੱਟੀਆਂ ਬੰਨ ਕੇ, ਹੱਥ ਘੜੀਆਂ ਮਗਰ ਲਾ ਕੇ, ਤੇ ਇਹ ਸਾਨੂੰ ਅਜਮੇਰ ਜ਼ਿਲ੍ਹਾ ਰਾਜਸਥਾਨ 'ਚ ਲੈ ਗਏ। ਅੱਛਾ ਜੀ। ਉੱਥੇ ਫਿਰ ਸਾਨੂੰ 7.5-7 ਮਹੀਨੇ ਇਹਨਾਂ ਨੇ ਨਜ਼ਰਬੰਦ ਰੱਖਿਆ, ਇਕੱਲੇ ਇਕੱਲੇ ਨੂੰ, ਅਸੀਂ ਕਿਸੇ ਨਾਲ ਗੱਲ ਨਹੀਂ ਸੀ ਕਰ ਰਹੇ। ਉੱਥੇ ਸਾਡੇ 'ਤੇ ਇੰਟੈਰੋਗੇਸ਼ਨ ਹੁੰਦੀ ਸੀ ਜੇਲ੍ਹ ਦੇ ਅੰਦਰ ਹੀ, ਅਤੇ ਜਿਹੜੇ ਸੈੱਲ 'ਚ ਅਸੀਂ ਬੰਦ ਸਾਂ ਉਹਦੇ 'ਚ ਇੱਕ ਘੜਾ ਸਾਨੂੰ ਪਾਣੀ ਦਾ ਦਿੱਤਾ ਹੁੰਦਾ ਸੀ, ਉਹ ਅਸੀਂ ਕਿਰਿਆ ਕਰਦੇ ਸਾਂ ਉਹਦੇ ਨਾਲ ਹੀ, ਅਤੇ ਉਹ ਹੀ ਪਾਣੀ ਪੀਂਦੇ ਸਨ ਅਸੀਂ। ਅਤੇ 2 ਦਿਨਾਂ ਬਾਅਦ ਸਾਨੂੰ ਨਹਾਉਣ ਦਿੰਦੇ ਸਨ, ਉਹ ਵੀ ਸਿਰ 'ਤੇ ਸਾਡੇ 'ਤੇ ਇੱਕ ਮਤਲਬ ਕਿ ਡਾਂਗ ਲੈ ਕੇ ਖਲੋਤੇ ਹੁੰਦੇ ਸਨ ਵੀ ਇੰਨੇ ਸਮੇਂ ਤੋਂ ਵੱਧ ਤੁਸੀਂ ਨਹਾ ਨਹੀਂ ਸਕਦੇ। ਤੇ ਉਹ ਜੇਲ੍ਹ ਦੇ ਜਿਹੜੇ ਉਹ ਆਪਣਾ ਅਧਿਕਾਰੀ ਸਨ, ਜਿਹੜਾ ਸਟਾਫ ਸੀ, ਉਹ ਸਾਡੇ 'ਤੇ ਵੀ ਤਸ਼ੱਦਦ ਕਾਫੀ ਕਰਦਾ ਸੀ ਅਜਮੇਰ ਜੇਲ੍ਹ ਦੇ ਵਿੱਚ। ਤੇ ਸਾਨੂੰ ਤਾਂ ਪਤਾ ਨਹੀਂ ਸੀ ਬਾਅਦ ਦੇ ਹਾਲਾਤ ਕੀ ਸਨ। ਜਦੋਂ ਇਹ ਆਪਣਾ ਉੱਥੋਂ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਜਦੋਂ ਇਹ ਗੱਲਬਾਤ ਹੋਈ ਹੈ, ਉਹਦਾ ਕਤਲ ਹੋਇਆ, ਕਿਉਂਕਿ ਸਜ਼ਾ ਤਾਂ ਉਹਨੂੰ ਮਿਲਣੀ ਸੀ, ਤਾਂ ਉਸ ਵੇਲੇ ਉਹ ਅੰਦਰ ਸੀ ਇੱਕ ਮੁਸਲਮਾਨ ਸੁਲੇਮਾਨ ਜੇਲ੍ਹ ਦੇ ਵਿੱਚ, ਅਜਮੇਰ ਜੇਲ੍ਹ 'ਚ। ਉਹਨੇ ਕੈਦੀਆਂ ਨਾਲ ਸਲਾਹ ਕਰ ਲਈ ਵੀ ਮੈਂ ਇਕੱਲਾ ਇਕੱਲਾ ਸੈੱਲ ਖੋਲੀ ਜਾਊਂਗਾ ਤੇ ਤੁਸੀਂ ਇਹਨਾਂ ਦੇ ਤੇਲ ਪਾ ਕੇ ਸਾੜੀ ਜਾਇਓ ਸਿੱਖਾਂ ਤੇ ਜਿਹੜੇ ਅਸੀਂ 17 ਦਿਨ ਸਨ। ਸੁਲੇਮਾਨ ਸੀਗਾ? ਸੁਲੇਮਾਨ ਕਿਸ ਕੌਮ ਦੇ ਨਾਲ ਸੰਬੰਧਿਤ? ਮੁਸਲਮਾਨ। ਤਾਂ ਉਸ ਵੇਲੇ ਉੱਥੇ ਸਾਡੇ ਦੇ ਜਿਹੜਾ ਇੰਚਾਰਜ ਸੀ ਸੈੱਲ ਦਾ, ਉਹ ਸੀ ਜਸਵੰਤ ਸਿੰਘ ਰਾਜਪੂਤ, ਕਲੀਨ ਸੀ, ਹਿੰਦੂ ਸੀ, ਉੱਧਰ ਦੇ ਰਾਜਪੂਤ ਜਿਹੜੇ ਸਨ ਉਹ ਸਾਡੇ ਦੇ ਇੰਚਾਰਜ ਸੀ। ਉਹਨੂੰ ਕਿਤੇ ਪਤਾ ਲੱਗ ਗਿਆ ਵੀ ਇਹ ਕੰਮ ਗਲਤ ਹੋਣ ਲੱਗਾ ਅੰਦਰ, ਉਹਨੇ ਉਸੇ ਵੇਲੇ ਉਹਨੂੰ ਸੁਲੇਮਾਨ ਨੂੰ ਕਿਸੇ ਕੰਮ ਭੇਜਤਾ ਤੇ ਚਾਬੀਆਂ ਲੈ ਲਈਆਂ ਉਹਦੇ ਕੋਲੋਂ ਸਾਡੇ ਸੈੱਲ ਦੀਆਂ ਸਾਰੀਆਂ। ਅੱਛਾ ਜੀ। ਤਾਂ ਉਸੇ ਵੇਲੇ ਉਹਨੇ ਸੁਪਰਡੈਂਟ ਨੂੰ ਸੱਦਿਆ, ਸੁਪਰਡੈਂਟ ਨੇ ਆਣ ਕੇ ਵੇਖਿਆ ਵੀ ਬੰਦੇ ਠੀਕ ਠਾਕ ਨੇ ਜਾਂ ਕਿਸ ਤਰ੍ਹਾਂ। ਜੇ ਉਹ ਜਸਵੰਤ ਸਿੰਘ ਨਾ ਹੁੰਦਾ ਤੇ ਹੋ ਸਕਦਾ ਉਹ ਸਾਡੇ ਤੇ ਇਹ ਵੀ ਕਹਿਰ ਕਰ ਦਿੰਦੇ ਵੀ ਇਹਨਾਂ ਨੂੰ ਤੇਲ ਪਾ ਪਾ ਕੇ ਸਾੜ ਦੇ, ਜੇਲ੍ਹ ਦੇ ਵਿੱਚ ਸਾੜ ਦੇ। ਕਿੰਨਾ ਚਿਰ ਜੇਲ੍ਹ ਕੱਟ ਕੇ ਆਏ ਆ? ਜੇਲ੍ਹ 7.5 ਮਹੀਨੇ ਅਜਮੇਰ ਜੇਲ੍ਹ 'ਚ ਰਹੇ ਅਸੀਂ। 7.5 ਮਹੀਨੇ ਜਦੋਂ ਨਜ਼ਰਬੰਦੀ ਟੁੱਟਣ ਲੱਗੀ ਆ, ਉਹ ਵੀ ਤੁਹਾਨੂੰ ਵਾਕਿਆ ਦੱਸ ਦਿੰਦੇ ਹਾਂ। ਜੇਲ੍ਹ ਦੇ ਅੰਦਰ ਹੀ ਅਦਾਲਤ ਬਣਾਈ ਸੀ। ਅੱਛਾ ਜੀ। ਜੱਜ ਆਇਆ ਅੰਦਰ, ਸਾਡੇ ਪੰਜਾਬ ਦੇ ਅਫਸਰ ਵੀ 3-4 ਸੀ ਸਰਦਾਰ, ਉਹ ਬੈਠੇ ਸੀ ਵਿੱਚ। ਤੇ ਜਿਹੜਾ ਜੱਜ ਸੀ ਉਹ ਆਪਣਾ ਕਲੀਨ ਸ਼ੇਵ ਹਿੰਦੂ ਸੀ। ਤੇ ਮੈਨੂੰ ਜਦੋਂ ਲੈ ਕੇ ਗਏ ਤੇ ਮੈਨੂੰ ਕਹਿੰਦੇ ਵੀ ਤੇਰਾ ਨਾਂ ਕੀ ਆ? ਮੈਂ ਸੁਰਿੰਦਰ ਸਿੰਘ।
ਸਨ ਆਫ ਦੱਸਿਆ ਮੈਂ ਮੇਰਾ ਕਹਿੰਦੇ ਵੀ ਮੈਂ ਤੈਨੂੰ ਕੋਈ ਸਵਾਲ ਕਰਨੇ ਚਾਹੁੰਦਾ ਮੈਂ ਦੱਸੋ ਕਹਿੰਦੇ ਵੀ ਤੂੰ ਉੱਥੇ ਕੀ ਕਰਦਾ ਸੀ ਮੈਂ ਕਿਹਾ ਵੀ ਮੈਂ ਉੱਥੇ ਕੀਰਤਨ ਕਰਦਾ ਸੀ ਮੈਂ ਉਸ ਅਸਥਾਨ ਦਾ ਹਜ਼ੂਰੀ ਹੈਡ ਰਾਗੀ ਆ ਜਿੱਥੋਂ ਦੇ ਹੈਡ ਗ੍ਰੰਥੀ ਭਾਈ ਸ਼ਹੀਦ ਮਨੀ ਸਿੰਘ ਹੋਰੀ ਹੋਏ ਨੇ ਜਿਨ੍ਹਾਂ ਦਾ ਉਸ ਵੇਲੇ ਸਮੇਂ ਦੀ ਸਰਕਾਰ ਨੇ ਬੰਦ ਬੰਦ ਕੱਟਿਆ ਸੀ ਤੇ ਤੁਸੀਂ ਦਿਓ ਸਜ਼ਾ ਜਿਹੜੀ ਦਿੰਦੇ ਸੀ ਹੱਸ ਕੇ ਕਬੂਲ ਕਰਦੇ ਕਹਿੰਦੇ ਨਹੀਂ ਮੈਂ ਸਜ਼ਾ ਦੇਣ ਨਹੀਂ ਆਇਆ ਮੈਂ ਹੋਰ ਕੰਮ ਵਾਸਤੇ ਆਇਆ ਤੇ ਕਹਿੰਦੇ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਵੀ ਅੰਦਰ ਹਥਿਆਰ ਕਿੱਥੋਂ ਆਏ ਸਨ ਜੱਜ ਨੇ ਮੈਨੂੰ ਕੁਐਸਚਨ ਕੀਤਾ ਤੇ ਅੱਗੋਂ ਮੈਂ ਵੀ ਜੱਜ ਨੂੰ ਕੁਐਸਚਨ ਕਰਤਾ ਵੀ ਤੁਸੀਂ ਅਖਬਾਰਾਂ ਚ ਪੜ੍ਹਦੇ ਹੋ ਕਿ ਹਿੰਦੁਸਤਾਨ ਦੀ ਸਰਕਾਰ ਨੇ ਫਲਾਣੇ ਦੇਸ਼ ਕੋਲੋਂ ਇਹ ਚੀਜ਼ ਖਰੀਦੀ ਫਲਾਣੇ ਦੇਸ਼ ਕੋਲੋਂ ਹਵਾਈ ਜਹਾਜ਼ ਖਰੀਦੇ ਜਾਂ ਹੋਰ ਚੀਜ਼ਾਂ ਖਰੀਦੀਆਂ ਐਨੀਵਨ ਕੁਛ ਵੀ ਮੈਂ ਤੁਸੀਂ ਜਾ ਕੇ ਦੇਖਦੇ ਹੋ ਜੱਜ ਕਹਿੰਦਾ ਨਹੀਂ ਮੈਂ ਦੇਖਦਾ ਨਹੀਂ ਮੈਂ ਅਖਬਾਰਾਂ ਚ ਹੀ ਪੜ੍ਹਦਾ ਤੇ ਮੈਂ ਵੀ ਅਖਬਾਰਾਂ ਚ ਹੀ ਪੜ੍ਹਿਆ ਮੈਨੂੰ ਕੀ ਪਤਾ ਅੰਦਰ ਹੈਗੇ ਕਿ ਨਹੀਂ ਹੈਗੇ ਤੇ ਫਿਰ ਜੱਜ ਨੇ ਮੈਨੂੰ ਕਿਹਾ ਵੀ ਤੇਰੀ ਨਜ਼ਰਬੰਦੀ ਤੋੜਦੀ ਹੈ ਮੈਂ ਨੀ ਕਹਿੰਦਾ ਮੇਰੀ ਤੋੜੋ ਨਜ਼ਰਬੰਦੀ ਮੈਂ ਬਾਹਰ ਵੀ ਦੋ ਰੋਟੀਆਂ ਖਾਣੀਆਂ ਤੇ ਅੰਦਰ ਹੀ ਖਾ ਰਹੇ ਮੈਨੂੰ ਕੀ ਲੋੜ ਨਜ਼ਰਬੰਦੀ ਤੋੜਾਉਣ ਦੀ ਜਿਸ ਤਰ੍ਹਾਂ ਉਸ ਪਰਮੇਸ਼ਰ ਨੇ ਲਿਖਿਆ ਉਸੇ ਤਰ੍ਹਾਂ ਹੀ ਹੋਣਾ ਫਿਰ ਉਹਨਾਂ ਨੇ ਮੇਰੀ ਨਜ਼ਰਬੰਦੀ ਤੋੜਤੀ 7.5 ਮਹੀਨੇ ਬਾਅਦ ਫਿਰ ਉੱਥੋਂ ਮੈਨੂੰ ਬਾਈ ਟ੍ਰੇਨ ਅੰਮ੍ਰਿਤਸਰ ਦੀ ਜੇਲ੍ਹ 'ਚ 2 ਮਹੀਨੇ ਲੈ ਆਏ ਉੱਥੋਂ ਫਿਰ ਅੰਮ੍ਰਿਤਸਰ ਦੀ ਜੇਲ੍ਹ 'ਚ ਇਹਨਾਂ ਨੇ ਬਾਈ ਇਹ ਫਿਰ ਮੈਨੂੰ ਜੋਧਪੁਰ ਦੀ ਜੇਲ੍ਹ 'ਚ 4 ਸਾਲ ਤਕਰੀਬਨ 4.5 ਸਾਲ ਮੈਂ ਜੇਲ੍ਹ 'ਚ ਰਿਹਾ ਕੁਛ ਇੱਕ ਸਵਾਲ ਸਰੋਤਿਆਂ ਦੇ ਵੱਲੋਂ ਆਏ ਨੇ ਇੱਕ ਗੱਲ ਕਾਫੀ ਪ੍ਰਚਾਰੀ ਗਈ ਹੈ ਪਿੱਛੇ ਜਾਂ ਸੁਣਨ ਵਿੱਚ ਆਉਂਦੀ ਹੈ ਕਿ ਦਰਬਾਰ ਸਾਹਿਬ ਸਮੂਹ ਦੇ ਵਿੱਚ ਬੀਬੀਆਂ ਦੇ ਨਾਲ ਜਬਰ ਜਨਾਹ ਕੀਤਾ ਗਿਆ ਫੌਜ ਦੇ ਵੱਲੋਂ ਦੋਵਾਂ ਪਾਸੇ ਦੀਆਂ ਗੱਲਾਂ ਨੇ ਫੌਜ ਦੇ ਵੱਲੋਂ ਵੀ ਤੇ ਜਿਹੜੇ ਅੰਦਰ ਅਖਾੜਕੂ ਸਨ ਉਹਨਾਂ ਦਾ ਵੀ ਨਾਂ ਲੱਗਦਾ ਹੈ ਦੇਖੋ ਜੋ ਅਸੀਂ ਉੱਥੇ ਅੱਖੀਂ ਦੇਖਿਆ ਮੈਂ ਉਹ 'ਚ ਥੋੜਾ ਜਿਹਾ ਜਿਹਨਾਂ ਨੂੰ ਸ਼ੰਕਾ ਹੈ ਉਹ ਮੈਂ ਕਰਾਂਗਾ ਓਪਰੇਸ਼ਨ ਬਲਿਊ ਸਟਾਰ ਤੱਕ ਕਿਸੇ ਬੀਬੀ ਤੇ ਅੰਦਰ ਕਿਸੇ ਸਿੰਘ ਨੇ ਤਸ਼ੱਦਦ ਨਹੀਂ ਕੀਤਾ ਕੋਈ ਜਬਰ ਜਨਾਹ ਨਹੀਂ ਕੋਈ ਕੁਛ ਨਹੀਂ ਇਹ ਜਿਹੜੀਆਂ ਜਬਰ ਜਨਾਹ ਦੀਆਂ ਗੱਲਾਂ ਨੇ ਓਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਇੱਕ ਓਪਰੇਸ਼ਨ ਹੋਇਆ ਸੀ ਬਲੈਕ ਥੰਡਰ ਉਸ ਵੇਲੇ ਅਸੀਂ ਇਹ ਗੱਲਾਂ ਸੁਣੀਆਂ ਸਨ ਕਿਉਂਕਿ ਉਦੋਂ ਅਸੀਂ ਅੰਦਰ ਸੀ ਜੇਲ੍ਹ 'ਚ ਤੇ ਉਸ ਬਾਰੇ ਸਾਨੂੰ ਪਤਾ ਲੱਗਾ ਵੀ ਠੋਸ ਵੀ ਪਤਾ ਲੱਗਾ ਸੀ ਵੀ ਸਰਕਾਰ ਦੇ ਬੰਦੇ ਅੰਦਰ ਵੜੇ ਨੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਫੌਜ ਦੇ ਵੱਲੋਂ ਇਹ ਜਦੋਂ ਓਪਰੇਸ਼ਨ ਬਲਿਊ ਸਟਾਰ ਹੋਇਆ ਉਦੋਂ ਬਹੁਤ ਕੁਛ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਵੀ ਅਸੀਂ ਕਈ ਗੱਲਾਂ ਤੁਹਾਨੂੰ ਨਹੀਂ ਦੱਸਣੀਆਂ ਚਾਹੁੰਦੇ ਵੀ ਜਿਹੜੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੰਨੀ ਆਬਾਦੀ ਸੀ ਉਹਦੇ ਵਿੱਚ ਫੌਜ ਨੇ ਜਬਰ ਜਨਾਹ ਕੀਤਾ ਇੱਥੋਂ ਤੱਕ ਕਿ ਮੈਂ ਹੁਣ ਗੱਲ ਆਪਦੀ ਦੇ ਨਾਲ ਥੋੜ੍ਹੀ ਸਾਂਝੀ ਕਰ ਹੀ ਲਵਾਂ ਕਿ ਜਿਹੜੇ ਸਾਡੇ ਰਾਗੀ ਸਿੰਘ ਭਾਈ ਗੋਪਾਲ ਸਿੰਘ ਦੀ ਪੁਰਾਤਨ ਕੀਰਤਨੀ ਹੋਏ ਜਿਹੜੇ ਉਹਨਾਂ ਦੇ ਭਰਾਤਾ ਭਾਈ ਜਗੀਰ ਸਿੰਘ ਜੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਵਾਈਫ ਦੇ ਨਾਲ ਵੀ ਉਹਨਾਂ ਨੇ ਜਬਰ ਜਨਾਹ ਕੀਤਾ ਆਰਮੀ ਨੇ ਅਸੀਂ ਕਿੱਥੋਂ ਤੱਕ ਜਰੀਏ ਕਿ ਸਾਡੇ ਜਿਹੜੇ ਲੀਡਰ ਨੇ ਉਹਨਾਂ ਕੀ ਬਾਅਦ 'ਚ ਕੀਤਾ ਕੀ ਨਹੀਂ ਕੀਤਾ ਇੱਕ ਸਵਾਲ ਹੈ ਕਿ ਜਿਹੜੇ ਆਗੂ ਅਕਾਲੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਸਮੂਹ 'ਚੋਂ ਬਾਹਰ ਆਏ ਇਹ ਵੀ ਖਬਰ ਹੈ ਮੇਰੇ ਖਿਆਲ 'ਚ ਜਨਰਲ ਬਰਾੜ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਪਿੱਛੋਂ ਗੋਲੀਆਂ ਮਾਰੀਆਂ ਗਈਆਂ ਖਾੜਕੂਆਂ ਦੇ ਵੱਲੋਂ ਨਹੀਂ ਤੁਸੀਂ ਵੇਖਿਆ ਕੋਈ ਨਹੀਂ ਕੋਈ ਗੋਲੀ ਨਹੀਂ ਮਾਰੀ ਉਹ ਤਾਂ ਸਹੀ ਸਲਾਮਤ ਨੇ ਉਹ ਤੇ ਬਾਹਰ ਆਣ ਕੇ ਮਰੇ ਨੇ ਅੰਦਰ ਤੇ ਕੋਈ ਨਹੀਂ ਲੀਡਰ ਮਾਰੇ ਇਹਨਾਂ ਨੇ ਜਿਹੜੇ ਆਮ ਸ਼ਰਧਾਲੂ ਸਨ
ਉਹਨਾਂ ਤੇ ਗੋਲੀਆਂ ਚਲਾਈਆਂ ਖਾੜਕੂਆਂ ਨੇ? ਨਹੀਂ, ਕੋਈ ਕਿਸੇ ਖਾੜਕੂ ਨੇ ਕਿਸੇ ਸ਼ਰਧਾਲੂ ਤੇ ਕੋਈ ਗੋਲੀ ਨਹੀਂ ਚਲਾਈ। ਇਹ ਲੋਕਾਂ ਦੀ ਆਮ ਪ੍ਰਚਲਿਤ, ਸਿਰਫ ਇਹ ਸੰਤ ਬਾਬਾ ਜਰਨੈਲ ਸਿੰਘ ਨੂੰ ਬਦਨਾਮ ਕਰਨ ਵਾਸਤੇ ਜਾਂ ਉਹਨਾਂ ਦੇ ਜਿਹੜੇ ਧਰਮੀ ਯੋਧੇ ਸਨ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਗੱਲਾਂ ਉਡਾਈਆਂ ਗਈਆਂ ਕਿ ਸੰਗਤ ਤੇ ਆਪਣਾ ਬੰਦਾ ਕਿਸ ਤਰ੍ਹਾਂ ਗੋਲੀ ਚਲਾ ਸਕਦਾ ਕੋਈ। ਇਹ ਸਭ ਗਲਤ ਨੇ। ਇਹ ਤਕਰੀਬਨ 31 ਵਰੇ ਬੀਤ ਗਏ ਨੇ 1984 ਨੂੰ ਵਾਪਰੇ ਆ, ਤੇ ਮੇਰੇ ਖਿਆਲ ਦੇ ਵਿੱਚ ਕਾਫੀ ਕੁਛ ਤੁਸੀਂ ਜ਼ਿੰਦਗੀ ਦੇ ਵਿੱਚ ਹੰਡਾਇਆ, ਵੇਖਿਆ ਕੌਮ ਦੇ ਚੜ੍ਹਦੀ ਕਲਾ ਤੋਂ ਬਾਅਦ ਥੱਲੇ ਨੂੰ ਆਉਣ ਵਾਲੇ ਹਾਲਾਤ ਵੀ ਵੇਖੇ ਨੇ। ਹੁਣ ਦੇ ਸਮੇਂ ਦੇ ਵਿੱਚ ਇੱਕ ਗੱਲ ਅਸੀਂ ਵੇਖ ਰਹੇ ਹਾਂ ਕਿ 1984 ਦੀ ਗੱਲ ਜਿੱਥੇ ਸਾਡੀਆਂ ਆਮ ਸਭਾਵਾਂ ਦੇ ਵਿੱਚ ਜਿੱਥੇ ਦੋ ਚਾਰ ਜਾਣੇ ਬਹਿੰਦੇ ਨੇ ਉਹਨਾਂ ਦੇ ਵਿੱਚ ਹੁੰਦੀ ਹੈ, ਪਰ ਇਹ ਗੱਲ ਗੁਰਦੁਆਰਿਆਂ ਦੇ ਵਿੱਚੋਂ ਵਰਜਿਤ ਤੇ ਕੀ ਕਾਰਨ ਹੈ? ਥੋੜਾ ਦੱਸੋ ਕਿਹੜੀ ਗੱਲ ਤੋਂ ਮਿਲ ਲੱਗੀ। 1984 ਦਾ ਇਤਿਹਾਸ ਦੱਸਣਾ ਗੁਰਦੁਆਰਿਆਂ ਦੇ ਵਿੱਚ ਪ੍ਰਚਾਰਕਾਂ ਨੂੰ, ਕਥਾਵਾਚਕਾਂ ਨੂੰ, ਰਾਗੀਆਂ ਨੂੰ, ਢਾਡੀਆਂ ਨੂੰ, ਕਵੀਸ਼ਰਾਂ ਵਰਜਿਤ ਸੱਦ ਕੇ ਪਹਿਲਾਂ ਦੱਸ ਦਿੱਤਾ ਜਾਂਦਾ ਹੈ। ਉਹ ਰਾਗੀ ਨੀ, ਉਹ ਢਾਡੀ ਨੀ ਜਿਹੜੇ ਆਪਣੇ ਇਤਿਹਾਸ ਨੂੰ ਨਹੀਂ ਸੁਣਾ ਸਕਦੇ। ਸਾਨੂੰ ਜਿੱਥੇ ਕਹੋ ਅਸੀਂ ਆ ਜਾ, ਕਿਉਂ ਅਸੀਂ ਅੱਖੀਂ ਦੇਖਿਆ, ਅੱਖੀਂ ਹੰਡਾਇਆ, ਮੌਤ ਤੋਂ ਉੱਪਰ ਤੇ ਕੁਛ ਨੀ। ਅਸੀਂ ਮੌਤ ਨੂੰ ਵੀ ਬੜੀ ਕਰੀਬ ਤੋਂ ਦੇਖਿਆ। ਇਹ ਜਿਹੜੇ ਡਰਦੇ ਨੇ, ਜਿਹੜੇ ਵਿਕੇ ਨੇ, ਉਹ ਹੀ ਇਹਨਾਂ ਤੋਂ ਦੂਰ ਰਹਿੰਦੇ ਨੇ। ਜਿਹੜੇ ਨਹੀਂ ਡਰਦੇ ਉਹ ਸੁਣਾਉਂਦੇ ਨੇ, ਜਿਹਨਾਂ ਨੇ ਅੱਖੀਂ ਦੇਖਿਆ, ਜਾਂ ਕਈ ਪੜ੍ਹ ਕੇ ਵੀ ਸੁਣਾਉਂਦੇ ਨੇ। ਤੇ ਇਹ ਜਿਹੜੀਆਂ ਗੱਲਾਂ ਵਰਜਿਤ ਨੇ, ਇਹ ਦੇਖੋ ਜੀ ਆਪਾਂ ਨੂੰ ਇਹੋ ਹੀ ਇੱਕ ਸੰਕੇਤ ਦਿੰਦੀਆਂ ਨੇ ਵੀ ਇਹ ਸਾਰੀ RSS ਜੋ ਕੁਛ ਕਰ ਰਹੀ ਹੈ ਵੀ ਇਹ ਗੱਲ ਹੋਣੀ ਚਾਹੀਦੀ ਤੇ ਇਹ ਨਹੀਂ ਹੋਣੀ ਚਾਹੀਦੀ। ਤੇ ਉਹ ਤੁਹਾਡੇ ਸਾਹਮਣੇ ਵੀ ਆ ਕਈ। ਹੁਣ ਜਿਸ ਤਰ੍ਹਾਂ ਦੇਖ ਲਓ ਵੀ ਅਸੀਂ ਬਾਹਰ ਆਉਂਦੇ ਹਾਂ ਤੇ ਜਿਹੜੇ ਅੱਜ ਕੱਲ ਦੋ ਜਥੇਦਾਰ ਨੇ ਉਹ ਇਹ ਭੁੱਲ ਗਏ ਜਥੇਦਾਰ ਕਿ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੈਠਦੇ ਰਹੇ, ਬਿਲਕੁਲ ਉਹ ਕਿਸ ਮਰਿਆਦਾ ਚ ਸਨ। ਉਸ ਤਖ਼ਤ ਤੇ ਭਾਈ ਗੁਰਦਾਸ ਜੀ ਵੀ ਰਹੇ ਨੇ, ਬਿਲਕੁਲ ਉਸ ਤਖ਼ਤ ਤੇ ਅਕਾਲੀ ਫੂਲਾ ਸਿੰਘ ਵਰਗੇ ਵੀ ਰਹੇ ਨੇ, ਤੇ ਇਹਨਾਂ ਦੀ ਉਹ ਜ਼ਮੀਰ ਕਿੱਥੇ ਗਈ? ਉਹ ਸਿੰਘ ਸਾਹਿਬਾਂ ਦੀ ਜ਼ਮੀਰ ਕਿੱਥੇ ਗਈ ਜਿਹੜੇ ਅੱਜ ਉਹਦੀ ਝੋਲੀ ਚ ਪੈ ਗਏ ਸਾਰੇ? 1984 ਚ ਜਦੋਂ ਇਹ ਸਾਰਾ ਕੁਛ ਤੁਸੀਂ ਹੰਡਾਇਆ, ਬਾਅਦ ਚ ਜੇਲ੍ਹ ਕੱਟੀ, ਰੋਹ ਵਿੱਚ ਹੋਵੋਗੇ, ਗੁੱਸੇ ਵਿੱਚ ਹੋਵੋਗੇ, ਉਦੋਂ ਮਨ ਚ ਕੋਈ ਸੰਕਲਪ ਆਇਆ ਉਦੋਂ ਜ਼ਿੰਦਗੀ ਦਾ ਆਇਆ ਕੋਈ ਟੀਚਾ ਮਿਥਣ ਵਾਸਤੇ? ਟੀਚਾ ਮਿਥਿਆ ਸੀ, ਪਰ ਜਦੋਂ ਅੱਖੀਂ ਦੇਖਿਆ ਸਭ ਕੁਛ ਆਪਣੇ ਲੀਡਰਾਂ ਦਾ, ਉਦੋਂ ਸਿਰਫ ਅਸੀਂ ਘਰ ਤੱਕ ਰਹਿ ਗਏ। ਜੇ ਕੋਈ ਲੀਡਰ ਆਏਗਾ ਅੱਗੇ ਫਿਰ ਉੱਠਾਂਗੇ, ਕਿਉਂਕਿ ਦਾਸ ਜੀ ਦੇ ਵੱਡੇ ਬ੍ਰਦਰ ਨੇ ਵੀ ਸ਼ਹੀਦੀ ਦਿੱਤੀ ਹੈ 1982 ਅਗਸਤ 20। ਅੱਛਾ ਜੀ। ਮੁਸੀਬਤ ਸਿੰਘ ਉਰਫ ਭਾਈ ਮਨਜੀਤ ਸਿੰਘ, ਜਿਨ੍ਹਾਂ ਨੇ ਹਿੰਦੁਸਤਾਨ ਦਾ ਹਵਾਈ ਜਹਾਜ਼ ਹਾਈਜੈਕ ਕੀਤਾ ਸੀ, ਉਹਨਾਂ ਨੂੰ ਰਾਜਸਥਾਨ ਸੀ ਏਅਰਪੋਰਟ ਤੇ ਸ਼ਹੀਦ ਕੀਤਾ ਗਿਆ ਸੀ। ਸਾਡੇ ਮਾਤਾ ਜੀ ਛੇਵੀਂ ਭਰਾਤਾ ਸੀ, ਮੇਰੇ ਵੱਡੇ ਬ੍ਰਦਰ ਸਨ, ਉਹਨਾਂ ਦੀ ਇੱਕ ਬੇਟੀ ਆ ਤੇ ਭਾਬੀ ਸਾਡੇ, ਉਹ ਵੀ ਸਾਡੇ ਕੋਲ, ਉਹਨਾਂ ਨੂੰ ਏਅਰਪੋਰਟ ਤੇ ਗੋਲੀ ਮਾਰ ਕੇ ਉੱਥੇ ਸ਼ਹੀਦ ਕੀਤਾ ਗਿਆ। ਉਹਦੇ ਚ ਵੀ ਇੱਕ ਖਾਨਦਾਨ ਜਿਹਨੇ ਸ਼ਹੀਦ ਕਰਵਾਇਆ ਸੀ। ਜੇ ਸਮਾਂ ਬਣਿਆ ਤੇ ਉਹ ਵੀ ਮੈਂ ਤੁਹਾਡੇ ਨਾਲ ਨਾਂ ਉਹਨਾਂ ਦਾ ਸਾਂਝਾ ਕਰਾਂਗਾ। ਇਸ ਵੇਲੇ ਵੀ ਉਹ ਪੰਜਾਬ ਦੇ ਵਿੱਚ, ਕੋਈ ਇੱਕ ਕਹਾਵਤ ਉੱਠੀ ਹੈ ਪੰਜਾਬ ਦੇ ਵਿੱਚ ਕਿ ਕੋਈ ਬੀਬੀ ਕਿਸੇ ਦੇ ਘਰੋਂ ਆਟਾ ਲੈਣ ਚਲੀ ਗਈ, ਤੇ ਤੁਸੀਂ ਇਹ ਸੰਕੇਤ ਲਾ ਲੈਣਾ ਮੈਂ ਕਿੱਥੇ ਗੱਲ ਕੀਤੀ ਹੈ ਜਿਨ੍ਹਾਂ ਨੇ ਸ਼ਹੀਦ ਕਰਵਾਇਆ ਸੀ।
ਤੇ ਉਹ ਬੀਬੀ ਕਹਿੰਦੀ ਕਿਸੇ ਦੇ ਘਰ ਜਾ ਕੇ ਵੀ ਮੈਂ ਤੇਰੇ ਕੋਲ ਆਟਾ ਲੈਣਾ ਹੀ ਹੈਗਾ ਤੇ ਮੈਨੂੰ ਥੋੜਾ ਜਿਹਾ ਆਟਾ ਦੇ ਦੇ। ਤੇ ਅੱਗੋਂ ਦੂਸਰੀ ਬੀਬੀ ਕਹਿੰਦੀ ਵੀ ਆਟਾ ਤਾਂ ਨਹੀਂ ਹੈਗਾ, ਚਿੱਟਾ ਹੈਗਾ ਜੇ ਕਹਿੰਦੇ ਮੈਂ ਦੇ ਦਿੰਦੀ ਹਾਂ। ਚਿੱਟਾ ਕਹਿੰਦੇ ਡਰੱਗ ਨੂੰ। ਬਿਲਕੁਲ ਸਮਝ ਗਿਆ ਜੀ। ਅੰਮ੍ਰਿਤਸਰ ਦਾ ਬੜਾ ਮੰਨਿਆ ਪਰ ਮੰਨਿਆ ਟੱਬਰ ਹੈ ਤੇ ਪੰਥ ਦੀਆਂ ਜੜਾਂ ਚ ਪਹਿਲਾਂ ਵੀ ਉਸੇ ਟੱਬਰ ਨੇ ਤੇਲ ਦਿੱਤਾ ਤੇ ਅੱਜ ਵੀ ਉਸੇ ਟੱਬਰ ਦੇ ਵਾਰਸ ਪੰਥ ਦੀਆਂ ਜੜਾਂ। ਉਹਨਾਂ ਨੇ ਹੀ ਸੰਤਾਂ ਵਾਲਾ ਲਿਬਾਸ ਪਾ ਕੇ ਦਮ ਦਮੀ ਟਕਸਾਲ ਦਾ ਕੋ ਚੋਲਾ ਪਾ ਕੇ ਪ੍ਰਕਾਸ਼ ਸਿੰਘ ਮਜੀਠੀਆ ਤੇ ਗੋਲ ਪੱਗ ਬੰਨ ਕੇ ਉਹਨੇ ਏਅਰਪੋਰਟ ਤੇ ਜਾ ਕੇ ਵੀ ਬ੍ਰਦਰ ਨਾਲ ਗੱਲ ਕੀਤੀ ਵੀ ਅਸੀਂ ਆ ਗਏ ਹਾਂ ਤੇ ਤੂੰ ਬਾਹਰ ਆ ਜਾ। ਤੇ ਜਦੋਂ ਬਾਹਰ ਆਏ ਤੇ ਉਸੇ ਵੇਲੇ ਇਹਨੇ ਕਹਿਤਾ ਵੀ ਇਹ ਸਾਡਾ ਬੰਦਾ ਨੀ ਤੇ ਉਹਨਾਂ ਉਸੇ ਵੇਲੇ ਗੋਲੀਆਂ ਮਾਰ ਕੇ ਸਾਡੇ ਬ੍ਰਦਰ ਨੂੰ ਸ਼ਹੀਦ ਕੀਤਾ। ਇਹ ਸਾਜਿਸ਼ ਅੱਜ ਤੱਕ ਨੀ ਕਿਤੇ ਸੁਣੀ ਅਸੀਂ। ਇਹੋ ਤੇ ਗੱਲਾਂ ਨੇ, ਕਿਸੇ ਨੂੰ ਪਤਾ ਹੀ ਨੀ ਇਹਨਾਂ ਗੱਲਾਂ ਦਾ ਕੀ ਆ ਕੀ ਨਹੀਂ। ਇਹ ਲੋਕ ਉਹ ਨੇ ਜਿਹੜੇ ਪਹਿਲਾਂ ਗੋਲੀਆਂ ਨਾਲ ਮਰਵਾਉਂਦੇ ਅੱਜ ਚਿੱਟੇ ਨਾਲ ਮਰਵਾਉਣ ਦੇ ਨੇ। ਇਹ ਸਾਨੂੰ ਆਪ ਬਚਣਾ ਪਵੇਗਾ ਆਪਣੇ ਬੱਚਿਆਂ ਨੂੰ। ਤੇ ਮੈਂ ਜਿਹੜੇ ਵਿਦੇਸ਼ਾਂ ਚ ਗੁਰਸਿੱਖ ਰਹਿੰਦੇ ਨੇ ਸੰਗਤਾਂ ਰਹਿੰਦੀਆਂ, ਮੈਂ ਉਹਨਾਂ ਨੂੰ ਇਹੋ ਹੀ ਆਖਾਂਗਾ ਵੀ ਜੇ ਆਪਣਾ ਬਚਾਅ ਚਾਹੁੰਦੇ ਜੇ ਤੇ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਵੋਟਾਂ ਨੇ ਨਾ ਉਹਨਾਂ ਨੂੰ ਸੋਚ ਸਮਝ ਕੇ ਪਾਇਆ ਕਰੋ ਕਿਸੇ ਨੂੰ, ਨਹੀਂ ਤੇ ਆਉਣ ਵਾਲੇ ਸਮੇਂ ਚ ਇਹ ਜਸ ਪੈਤਰਾ ਤੇ ਲੱਖ ਪੈਤਰਾ ਵਰਗਾ ਹਾਲ ਕਰਨਗੇ ਸਿੱਖਾਂ ਦਾ। ਬਿਲਕੁਲ ਭਾਈ ਸਾਹਿਬ, ਬੜੀਆਂ ਤੁਸੀਂ ਉਹ ਗੱਲਾਂ ਦੱਸੀਆਂ ਨੇ ਜਿਹੜੀਆਂ ਅਸੀਂ ਸੁਣੀਆਂ ਨਹੀਂ ਸਨ, ਪੜ੍ਹੀਆਂ ਨਹੀਂ ਸਨ, ਕਿਉਂਕਿ ਪੜ੍ਹਨ ਲੱਗਿਆਂ ਲਿਖਣ ਲੱਗਿਆਂ ਜਾਂ ਦੱਸਣ ਲੱਗਿਆਂ ਅਕਸਰ ਇਹ ਗੱਲ ਦਾ ਸੰਕੋਚ ਕੀਤਾ ਜਾਂਦਾ। ਤੁਸੀਂ ਬੜੇ ਵਿਸਤਾਰ ਦੇ ਵਿੱਚ ਦੱਸੀਆਂ ਨੇ, ਖਾਸ ਕਰਕੇ ਹੋ ਸਕਦਾ ਬਾਕੀਆਂ ਨੂੰ ਪਤਾ ਹੋਏ, ਪਰ ਮੈਨੂੰ ਭਾਈ ਮਨਜੀਤ ਸਿੰਘ ਦੀ ਸ਼ਹਾਦਤ ਦਾ ਇੰਨੇ ਵੇਰਵੇ ਦਾ ਨਹੀਂ ਸੀ ਪਤਾ ਕਿ ਕਿਸੇ ਖਾਸ ਟੱਬਰ ਦੇ ਕਿਸੇ ਬੰਦੇ ਨੇ ਜਾ ਕੇ ਉੱਥੇ ਉਹਨਾਂ ਨੂੰ ਪਛਲਾ ਕੇ ਬਾਹਰ ਕੱਢ ਕੇ ਅਤੇ ਸ਼ਹੀਦ ਕਰਵਾਇਆ ਸੀ। ਪੰਥ ਦਾ ਲੱਕ ਛੁਰਿਆਂ ਦੇ ਨਾਲ ਭਰਿਆ ਪਿਆ ਜਿਹੜੇ ਆਪਣਿਆਂ ਨੇ ਮਾਰੇ ਨੇ। ਤੁਸੀਂ ਦੱਸਿਆ ਕਿ ਮਨ ਦੇ ਵਿੱਚ ਸੰਕਲਪ ਸੀ, ਪਰ ਤੁਸੀਂ ਆਗੂਆਂ ਦੇ ਹਾਲਾਤ ਵੇਖ ਕੇ ਪਿੱਛੇ ਹਟ ਗਏ ਹੋ। ਮੌਜੂਦਾ ਦੌਰ ਦੇ ਵਿੱਚ ਪੰਜਾਬ ਨੂੰ ਤੁਸੀਂ ਸਾਡੇ ਤੋਂ ਵੱਧ ਜਾਣਦੇ ਹੋ, ਪੰਥ ਨੂੰ ਤੁਸੀਂ ਸਾਡੇ ਤੋਂ ਵੱਧ ਜਾਣਦੇ ਹੋ, ਭਵਿੱਖ ਕੀ ਵੇਂਦੇ ਹੋ? ਭਵਿੱਖ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿੱਤੇ, ਉਹ ਹੀ ਆਪਣੇ ਹੱਥ ਚ ਡੋਰੀ ਜਿਹੜੀ ਹੈਗੀ ਉਹਨਾਂ ਦੇ ਵੇਖੋ ਕਿਹਨੂੰ ਫੜਾਉਂਦੇ ਨੇ ਵੀ ਭਾਈ ਚੱਲ ਲੱਗੇ ਲੱਗ। ਜਿਸ ਤਰ੍ਹਾਂ ਦਸਮ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਭੇਜਿਆ ਸੀ, ਵੇਖੋ ਕਿਹੜਾ ਹੁੰਦਾ, ਜਦੋਂ ਆਉਣਗੇ ਉਦੋਂ ਗੁਰੂ ਸਾਹਿਬ ਆਪੇ ਆਪਣੇ ਗੁਰਸਿੱਖਾਂ ਕੋਲੋਂ ਸੇਵਾ ਲੈ ਲੈਣਗੇ। ਅਜੇ ਤਾਂ ਕੁਛ ਨਹੀਂ ਦੱਸ ਰਿਹਾ। ਬਹੁਤ ਮਿਹਰਬਾਨੀ ਭਾਈ ਸਾਹਿਬ, ਸਾਡੇ ਸਟੂਡੀਓ 'ਚ ਆਏ ਹੋ ਤੁਸੀਂ, ਜਾਂਦਿਆਂ ਜਾਂਦਿਆਂ ਸਾਡੇ ਰੇਡੀਓ ਦੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਆਪਣੇ ਵੱਲੋਂ ਕੋਈ ਸੁਨੇਹਾ ਦੇਣਾ ਚਾਹੋ? ਬਸ ਇਹੋ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੋ, ਕਿਸੇ ਬੰਦੇ ਨਾਲ ਨਹੀਂ ਜੁੜਨਾ। ਬੜੀਆਂ ਐਸੀਆਂ ਹੈਗੀਆਂ ਅੱਜ ਕੱਲ੍ਹ ਦੁਕਾਨਾਂ ਖੁੱਲੀਆਂ ਨੇ, ਪਰ ਕਈ ਸੰਸਥਾਵਾਂ ਪੁਰਾਤਨ ਵੀ ਹੈਗੀਆਂ ਨੇ ਜਿਨ੍ਹਾਂ ਨਾਲ ਜੁੜੋ, ਜਿਨ੍ਹਾਂ ਦੀਆਂ ਤੁਸੀਂ ਅਜੇ ਤੱਕ ਗੱਲਾਂ ਨਹੀਂ ਸੁਣੀਆਂ, ਕੋਈ ਗੱਲ ਨਹੀਂ ਸੁਣੀ, ਜਿਹੜੇ ਗੁਰੂ ਨਾਲ ਜੋੜਦੇ ਨੇ, ਜਿਨ੍ਹਾਂ ਨੇ ਗੁਰੂ ਦੀ ਖਾਤਰ ਕੁਛ ਕੀਤਾ, ਉਹਨਾਂ ਨਾਲ ਜੁੜੋ, ਹੋਰ ਕਿਸੇ ਨਾਲ ਨਾ ਜੁੜੋ। ਇਹੋ ਹੀ ਸਭ ਕੁਛ ਹੈ, ਇਹੋ ਹੀ ਖੁਸ਼ੀਆਂ ਮਿਲਣਗੀਆਂ। ਅਤੇ ਇਹੋ ਹੀ ਦਾਸ ਵੀ ਅੱਜ ਕੱਲ੍ਹ ਸੰਤ ਬਾਬਾ ਦਇਆ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਅਸਥਾਨ ਸ਼ੁਰੂ ਕੀਤਾ ਗਿਆ ਖਾਲਸਾ ਛਾਉਣੀ। ਅਤੇ ਮੈਂ ਵਿਦੇਸ਼ਾਂ 'ਚ ਬੜਾ ਗਿਆ ਵਾਂ, ਪਰ ਇਹ ਨਹੀਂ ਕਿ ਮੈਂ ਇੱਥੇ ਜਾਂ ਕੁਛ ਜਾਂ, ਪਰ ਮੈਨੂੰ ਆਨੰਦ ਉੱਥੇ ਹੀ ਆ ਰਿਹਾ। ਮੈਂ ਇਹੋ ਕਿਹਾ ਵੀ ਮੈਨੂੰ ਇੱਥੇ ਹੀ ਰਹਿਣ ਦਿਓ, ਜਿੱਥੇ ਬੰਦੇ ਨੂੰ ਆਨੰਦ ਆਉਣਾ ਉਹਨੇ ਉੱਥੇ ਹੀ ਰਹਿਣਾ, ਦੂਜੀ ਥਾਂ 'ਤੇ ਰਹਿਣਾ ਨਹੀਂ। ਅਤੇ ਗੁਰੂ ਸਾਹਿਬ ਇਹੋ ਕਿਰਪਾ ਕਰਨ, ਜਿਤਨੀਆਂ ਸੰਗਤਾਂ ਨੇ
ਵੱਧ ਤੋਂ ਵੱਧ ਜੁੜਨ। ਹਾਂਜੀ, ਤੇ ਆਪਾਂ ਇਹੋ ਹੀ ਆ ਵੀ ਸੰਗਤਾਂ ਜੁੜਨੀ ਆ ਤੇ ਅਸੀਂ ਵੀ, ਜੇ ਚੜ੍ਹਦੀ ਕਲਾ ਚ ਹੋਣੀ ਆ ਤੇ ਅਸੀਂ ਵੀ ਚੜ੍ਹਦੀ ਕਲਾ ਚ ਹੋਵਾਂਗੇ। ਹਾਂਜੀ, ਬਹੁਤ ਮਿਹਰਬਾਨੀ ਜੀ ਸਾਡੇ ਨਾਲ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਸ਼ਮੂਲੀਅਤ ਕੀਤੀ। ਮੈਂ ਚਾਹਵਾਂ ਤੁਹਾਡੇ ਨਾਲ ਕਈ ਦਿਨ ਬਹਿ ਕੇ ਗੱਲਾਂ ਕਰ ਸਕਦਾ, ਮੇਰੇ ਚ ਇੱਛਾ ਸ਼ਕਤੀ ਏ ਇਹ ਗੱਲ ਦੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਗੱਲ ਇੱਥੇ ਰੋਕਣੀ ਪੈਣੀ ਹੈ। ਬਹੁਤ ਬਹੁਤ ਮਿਹਰਬਾਨੀ, ਸਟੂਡੀਓ ਸ਼ਮੂਲੀਅਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।